ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਦਿਨ ਵਿੱਚ 1 ਲੱਖ ਬੂਟੇ ਲਗਾਉਣ ਦੇ ਸਪਤ੍ਰਿਸ਼ੀ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਪਟਿਆਲਾ ਬਲਾਕ ਦੇ ਪਿੰਡ ਅਮਾਮਪੁਰ ਵਿੱਚ ਕੀਤੀ। ਇਸ ਮੌਕੇ ਮਹਾਰਾਣੀ ਪਰਨੀਤ ਕੌਰ ਨੇ ਆਪਣੇ ਹੱਥੀਂ ਬੂਟੇ ਲਗਾ ਕੇ ਜਿੱਥੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ, ਉੱਥੇ ਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਸ ਪਾਸ ਦੇ ਇਲਾਕਿਆਂ ਵਿੱਚ ਵੱਧ ਚੜ੍ਹ ਕੇ ਬੂਟੇ ਲਾਉਣ ਤਾਂ ਜੋ ਸਾਡਾ ਵਾਤਾਵਰਣ ਦੂਸ਼ਿਤ ਹੋਣ ਤੋਂ ਬਚ ਸਕੇ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਇਹ ਬੂਟੇ ਲਗਾਏ ਜਾਣਗੇ। ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਉਹ ਨਸ਼ੇ ਵਰਗੀ ਬੁਰਾਈ ਨੂੰ ਛੱਡ ਕੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਉਣ ਅਤੇ ਖੇਡਾਂ ਦੇ ਵੱਲ ਵੀ ਪ੍ਰੇਰਿਤ ਹੋਣ। ਇਹਦੇ ਵਿੱਚ ਆਲੇ ਦੁਆਲੇ ਪਿੰਡਾਂ ਦੇ ਵਿੱਚ ਔਰ ਇੱਥੇ 1 ਲੱਖ ਬੂਟਾ ਦਿੱਤਾ ਜਾ ਰਿਹਾ। ਉਹਦੀ ਵੈਬਸਾਈਟ ਵੀ ਅੱਜ ਖੋਲ੍ਹੀ ਹੈ ਜਿਹਦੇ ਰਾਹੀਂ ਇਹ ਮੋਨੀਟਰ ਹੋਊਗਾ ਕਿ ਕਿਹੜੇ ਕਿੰਨੇ ਬੂਟੇ ਜੀਂਦੇ ਨੇ, ਹਰ 15 ਦਿਨਾਂ ਦੇ ਬਾਅਦ ਕਿੰਨੇ ਠੀਕ ਨੇ, ਔਰ ਇੱਕ ਇੱਕ ਪਿੰਡ ਦੇ ਵਿੱਚ ਇੱਕ ਬੰਦੇ ਨੂੰ ਜ਼ਿੰਮੇਵਾਰੀ ਵੀ ਲਾਈ ਹੈ ਕਿ ਉਸ ਪੌਦੇ ਦੀ ਪਾਲਣ ਪੋਸ਼ਣ ਕਰਨ, ਔਰ ਇਹਦੇ ਨਾਲ ਸਾਡਾ ਵਾਤਾਵਰਨ, ਸਾਡੀ ਹਰਿਆਲੀ, ਸਾਡਾ ਜਿਹੜਾ ਕਲਾਈਮੇਟ ਹੈ ਉਹਦੇ ਉੱਤੇ ਬਹੁਤ